नमस्कार, तुसी देख रहे हो फास्ट इंडिया लाइव। मैं थोड़ा अपना पत्रकार दीपक डोगरा। इस टाइम असं खड़े हाँ अमृतसर के करमो दिहाड़ी चौंक के जिथे तुसी देख सकते हो कि गुरुपुरब गुरु दिहाड़े के जन्म दिवस से फ्री कार सेवा लाई गई है। ये भाई साहब वालों प्रकाश गुरुपुरब न समर्पित प्रकाश अस्थान गुरुद्वारा के महल गुरु के महल वास्ते फ्री सेवा, जिथे कि इतने इतों व्डिया गड्डिया अगे नहीं जाती, आटो रिक्शा वाले इतने गुरु के महल तक जिहड़ी संगत जाती उन्होंने फ्री सेवा की जाती है। सत श्री अकाल सर। सर तुहाड़ा नाम? अरजिंदर सिंह। तो सर है तुसी सेवा जिहड़ी है 400 साल पर्व ते किन्ने दिन तो चला रहे हो? कल तो शुरू की थी। अच्छा, कल तो शुरू की थी है। ते किन्ने दिन सर तुसी करदे रहोगे सेवा? जिन्ने दिन हुक्म होएगा 5 दिन ते करांगे। ਇਹ ਸੇਵਾ ਸਰ ਤੁਸੀਂ ਆਪਣੇ ਵੱਲੋਂ ਫ੍ਰੀ ਕਰ ਰਹੇ ਹੋ ਜਾਂ ਇਹਦੇ ਬੇਸ ਤੇ ਕਿਸੇ ਵੱਲੋਂ ਤੁਹਾਨੂੰ ਮਤਲਬ ਕੋਈ ਭੇਟ ਕੀਤੀ ਜਾਂ ਭਰਾਵਾਂ ਨੇ ਕਿਹਾ ਇਹਨਾਂ ਦੇ ਰਹੀ ਸੇਵਾ ਕਰ ਰਹੇ? ਠੀਕ ਹੈ ਜੀ। ਤੇ ਇੱਕ ਤੁਸੀਂ ਇੱਥੇ ਦੇਖ ਰਹੇ ਹੋ ਹੈਂਡੀਕੈਪਡ ਗੁਰੂ ਸਾਹਿਬ ਰਾਗੀ ਜੀ ਹੈ, ਜਿਨ੍ਹਾਂ ਨੂੰ ਪੁਲਿਸ ਪਾਰਟੀ ਵੱਲੋਂ ਤੇ ਨਾਲ ਗੁਪਤ ਸੇਵਾ ਦੇ ਵਿੱਚ ਇਹ ਈ ਰਿਕਸ਼ਾ ਸਮਰਪਿਤ ਕੀਤਾ ਗਿਆ। ਤੇ ਆਓ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਇਹ ਰਿਕਸ਼ਾ ਸਰ ਤੁਹਾਨੂੰ ਕਿਹਦੇ ਵੱਲੋਂ ਮਤਲਬ ਭੇਟ ਕੀਤਾ ਗਿਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਹ ਗੁਰੂ ਦੇ ਪਿਆਰੇ ਮਹਾਰਸ ਦੇ ਪਾਤਸ਼ਾਹ ਤੰਦਰੁਸਤੀਆਂ ਬਖਸ਼ੀ, ਕਾਰੋਬਾਰਾਂ ਦੀ ਵਿੱਚ ਵਾਧੇ ਕਰੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਾਡੇ ਭਾਈ ਸਾਹਿਬ ਜੀ ਮਹਾਰਸ ਦੇ ਪਾਤਸ਼ਾਹ, ਇਹਨਾਂ ਨੇ ਗੁਰੂ ਸਾਹਿਬ ਦੀ ਬਹੁਤ ਕਿਰਪਾ, ਬਾਬੇ ਨਾਨਕ ਦੀ ਇਹਨਾਂ ਦਾਸ ਦੀ ਸੇਵਾ ਕੀਤੀ। ਮਹਾਰਸ ਦੇ ਪਾਤਸ਼ਾਹ ਤੰਦਰੁਸਤੀਆਂ ਬਖਸ਼ੀ, ਕਾਰੋਬਾਰਾਂ ਦੇ ਵਿੱਚ ਵਾਧੇ ਕਰੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਬੋਲੇ ਸਾਡੇ ਹਾਲ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਰ ਨਾਲ ਗੱਲਬਾਤ ਕਰਦੇ ਹਾਂ ਅਸੀਂ। ਸਰ ਤੁਹਾਡਾ ਨਾਮ? ਜਸਵੰਤ ਸਿੰਘ ਨਾਮ ਜੀ ਮੇਰਾ। ਪਰਮਜੀਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਜਨਮ ਦਿਹਾੜੇ 'ਤੇ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ, ਇਹ ਜੋੜਾ ਰੱਖਿਆ ਇਹ ਸਿੰਘ ਰਾਗੀ ਸਿੰਘ ਹੈ, ਹੈਂਡੀਕੈਪਡ ਆ, ਅਤੇ ਸਾਨੂੰ ਇਹਨਾਂ ਦਾ ਪਤਾ ਲੱਗਾ ਵੀ ਇਹਨਾਂ ਨੂੰ ਮਤਲਬ ਜੋੜਿਆ ਸਾਹਿਬ ਜੀ, ਅਤੇ ਸੰਗਤਾਂ ਨੇ ਕਿਰਪਾ ਕੀਤੀ, ਭਾਈਆਂ ਨੇ ਗੁਪਤ ਦਾਨ ਕਰਾ ਦੀ ਰਿਕਮ ਮੇਰੇ ਨੇ, ਤਾਂ ਕਿ ਇਹਨਾਂ ਭਰਾਵਾਂ ਨੇ ਸਹਿਯੋਗ ਨਾਲ, ਅਤੇ ਗੁਰੂ ਨੇ ਤੇਗ ਬਹਾਦਰ ਸਾਹਿਬ ਨੇ ਆਪ ਕਿਰਪਾ ਕਰਕੇ ਆਪ ਮਨ 'ਚ ਵੱਸ ਕੇ ਕੋਈ ਵੀ ਹੈਂਡੀਕੈਪਡ ਮਤਲਬ ਏਦਾਂ ਕੋਈ ਹੋਏਗਾ ਤੇ ਤੁਸੀਂ ਗਾਂ ਜੇ ਤੁਹਾਨੂੰ ਪਰਮਾਤਮਾ ਵੱਲੋਂ ਦੇਣ ਬਖਸ਼ੀ ਜਾਵੇ ਤੁਸੀਂ ਏਦਾਂ ਹੀ ਸੇਵਾ ਕਰਦੇ ਰਹੋਗੇ ਸਰ? ਮੇਰਾ ਗੁਰੂ ਕਿਰਪਾ ਕਰੂਗਾ ਤੇ ਫਿਰ ਸੇਵਾ ਕਰ ਸਕਦੇ ਹਾਂ ਜੀ, ਅਸੀਂ ਕਹੇ ਜੋਗੇ ਜੀ। ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਪੁਲਿਸ ਪਾਰਟੀ ਵੱਲੋਂ ਕਿੰਨੀ ਵਧੀਆ ਇੱਕ ਜਥੇਦਾਰ ਸਾਹਿਬ ਨੂੰ ਹੈਂਡੀਕੈਪ ਨੂੰ ਰਿਕਸ਼ਾ ਦਿੱਤੀ ਗਈ ਹੈ, ਅਤੇ ਇਹਨਾਂ ਦਾ ਕਹਿਣਾ ਹੈ ਕਿ ਜੇ ਗੁਰੂ ਵੱਲੋਂ ਪਰਮਾਤਮਾ ਵੱਲੋਂ ਇਹਨਾਂ ਨੂੰ ਦੇਣ ਹੋਵੇ ਸੇਵਾ ਦੀ, ਤਾਂ ਅੱਗੇ ਵਾਸਤੇ ਇੱਦਾਂ ਹੀ ਸੇਵਾ ਕਰਦੇ ਰਹਿਣਗੇ।